ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਤੁਹਾਡੇ ਲਈ ਲੈ ਕੇ ਆਏ ਜੀ 10 ਰੁਪਏ ਦਾ ਓਲਡ ਕੋਇਨ, ਸਾਲ 1869 ਅਤੇ 1948। ਮਹਾਤਮਾ ਗਾਂਧੀ ਜੀ 10 ਰੁਪਏ ਕੋਇਨ। ਸਾਲ 1969, ਮੈਟਲ ਤੁਸੀਂ ਦੇਖ ਸਕਦੇ ਹੋ, ਵਜ਼ਨ 15 ਗ੍ਰਾਮ, ਸਾਈਜ 34 mm ਜੋ ਇਸਦਾ ਸਾਈਜ। ਪ੍ਰਾਈਜ਼ ਦੀ ਗੱਲ ਕੀਤੀ ਜਾਵੇ, ਬੋਂਬੇ ਮਿੰਟ 1200 ਰੁਪਏ, ਕਲਕੱਤਾ ਮਿੰਟ 1800 ਰੁਪਏ ਜੋ ਇਸਦਾ ਰੀਅਲ ਪ੍ਰਾਈਜ਼ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਘਰ ਬੈਠੇ ਹੀ ਨੋਟ ਔਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ। ਵੀਡੀਓ ਪਸੰਦ ਆਏ ਤਾਂ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਤੁਹਾਡੇ 'ਤੇ ਲੈ ਕੇ ਆਏ ਜੀ ਓਲਡ ਕੋਇਨ 10 ਰੁਪੀਸ, 10 ਰੁਪਏ ਦਾ ਕੋਇਨ। ਜੋ ਕਮਲ ਦੇ ਫੁੱਲ ਵਾਲਾ ਤੁਸੀਂ 10 ਰੁਪਏ ਦਾ ਕੋਇਨ ਦੇਖ ਰਹੇ ਹੋ, ਅਤੇ ਸੂਰਜ ਦੇਵ ਲਓ ਜੀ। ਸਾਲ 1970, ਮੈਟਲ ਤੁਸੀਂ ਦੇਖ ਸਕਦੇ ਹੋ, ਵਜ਼ਨ 15 ਗ੍ਰਾਮ, ਸਾਈਜ 34 mm ਜੋ ਇਸਦਾ ਸਾਈਜ। ਲਓ ਜੀ 10 ਰੁਪਏ ਦਾ ਕੋਇਨ। ਬੰਬੇ ਮਿੰਟ 3500 ਰੁਪਏ ਅਤੇ ਕਲਕੱਤਾ ਮਿੰਟ 3500 ਰੁਪਏ ਜੋ ਇਸਦਾ ਰੀਅਲ ਪ੍ਰਾਈਜ਼ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਘਰ ਬੈਠੇ ਹੀ ਨੋਟ ਔਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ। ਵੀਡੀਓ ਪਸੰਦ ਆਏ ਤਾਂ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਤੁਹਾਡੇ 'ਤੇ ਲੈ ਕੇ ਆਏ ਜੀ ਓਲਡ ਕੋਇਨ 10 ਰੁਪੀਸ, ਸਾਲ 1947.1972। ਇੰਡੀਆ ਦਾ 10 ਰੁਪਏ ਦਾ ਪੁਰਾਣਾ ਕੋਇਨ। ਸਾਲ 1972, ਮੈਟਲ ਤੁਸੀਂ ਦੇਖ ਸਕਦੇ ਹੋ, ਵਜ਼ਨ 22.5 ਗ੍ਰਾਮ, ਸਾਈਜ 39 mm ਜੋ ਇਸਦਾ ਸਾਈਜ। ਪ੍ਰਾਈਜ਼ ਦੀ ਗੱਲ ਕੀਤੀ ਜਾਵੇ, ਬੋਂਬੇ ਮਿੰਟ 1800 ਰੁਪਏ ਅਤੇ ਕਲਕੱਤਾ ਮਿੰਟ 1800 ਰੁਪਏ ਜੋ ਇਸਦਾ ਰੀਅਲ ਪ੍ਰਾਈਜ਼ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਘਰ ਬੈਠੇ ਹੀ ਨੋਟ ਔਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ। ਵੀਡੀਓ ਪਸੰਦ ਆਏ ਤਾਂ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਜੀ। ਧੰਨਵਾਦ ਜੀ। ਜੋ ਲੋਕ ਇਸ ਨੋਟ ਔਰ ਸਿੱਕਿਆਂ ਦੀ ਲੱਖਾਂ ਕਰੋੜਾਂ ਰੁਪਏ ਕੀਮਤ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਆ ਜੀ, ਇਹਨਾਂ ਫਰੋਡਾਂ ਤੋਂ ਬਚੋ। ਕਿਸੇ ਨੂੰ ਵੀ ਆਪਣਾ ਆਧਾਰ ਕਾਰਡ, OTP, ਬੈਂਕ ਕੋਡ ਨੰਬਰ ਸੈਂਡ ਨਾ ਕਰੋ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਤੁਹਾਡੇ ਲਈ ਲੈ ਕੇ ਆਏ ਜੀ 10 ਰੁਪੀਸ ਕੋਇਨ, ਸਾਲ 2008-2009। ਇੰਡੀਆ ਦਾ 10 ਰੁਪਏ ਦਾ ਕੋਇਨ। ਸਾਲ 2010, ਮੈਟਲ ਤੁਸੀਂ ਦੇਖ ਸਕਦੇ ਹੋ, ਵਜ਼ਨ 7.71 ਗ੍ਰਾਮ, ਸਾਈਜ 27 mm ਜੋ ਇਸਦਾ ਸਾਈਜ। ਪ੍ਰਾਈਜ਼ ਦੀ ਗੱਲ ਕੀਤੀ ਜਾਵੇ, ਬੋਂਬੇ ਮਿੰਟ 50 ਰੁਪਏ ਅਤੇ ਨਿਓਡਾ ਮਿੰਟ 70 ਰੁਪਏ ਜੀ ਜੋ ਇਸਦਾ ਰੀਅਲ ਪ੍ਰਾਈਜ਼ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਘਰ ਬੈਠੇ ਹੀ ਨੋਟ ਔਰ ਸਿੱਕਿਆਂ ਦੀ ਜਾਣਕਾਰੀ ਪ੍ਰਾਪਤ ਕਰੋ। ਵੀਡੀਓ ਪਸੰਦ ਆਏ ਤਾਂ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਤੁਹਾਡੇ ਲਈ ਲੈ ਕੇ ਆਏ ਜੀ 10 ਰੁਪੀਸ ਕੋਇਨ, ਸਾਲ 1935.2010। 10 ਰੁਪਏ ਦਾ ਕੋਇਨ ਜੋ ਕਿ ਇੰਡੀਆ ਦਾ ਕੋਇਨ। ਸਾਲ 2010, ਮੈਟਲ ਤੁਸੀਂ ਦੇਖ ਸਕਦੇ ਹੋ, ਵਜ਼ਨ 7.71 ਗ੍ਰਾਮ, ਸਾਈਜ 27 mm ਜੋ ਇਸਦਾ ਸਾਈਜ।
प्राइज की गल की जाए न्योडामेंट 30 रुपए जो उसका रियल प्राइज तुसी वीडियो विच देख रहे हो, घर बैठे ही नोट और सिक्कियां दी जानकारी प्राप्त करो। वीडियो पसंद आए तो लाइक करो, सबसक्राइब करो ते शेयर करो जी, धन्यवाद जी। जो लोग इस नोट और सिक्कियां दी लखां करोड़ां रुपए कीमत दस के भोले भाले लोगों ठगदे आ जी, इन्हां फ्रॉडां तो बचो। किसी भी अपना आधार कार्ड OTP बैंकआउट नंबर सेंड ना करो जी, धन्यवाद जी। सत श्रीकाल सारे, अच्छे वे लैके आए जी 10 रुपीस कॉइन हो जी, साल 1952.2012 10 रुपए का कॉइन, इंडिया का 10 रुपए का कॉइन साल 2012। मेटल तुसी देख सकते हो, वजन 7.71 ग्राम, साइज 27 mm जो इसका साइज। प्राइस की गल की जाए बॉम्बे मिंट 50 रुपए, कलकत्ता मिंट 150 रुपए, हैदराबाद मिंट 150 रुपए, तो नोएडा मिंट 50 रुपए जी। जो इसका रियल प्राइस तुसी वीडियो विच देख रहे हो, घर बैठे ही नोट और सिक्कियां दी जानकारी प्राप्त करो। वीडियो पसंद आए तो लाइक करो, सबसक्राइब करो ते शेयर करो जी, धन्यवाद जी। सत श्री अकाल सारे, अज तुहाडे लई लैके आए जी 10 रुपए का कॉइन, श्री माता वैष्णो देवी जी कॉइन 10 रुपीस। यूट्यूब ते बहुत ज़्यादा फेमस है जी, 10 रुपए का कॉइन साल 2012। मेटल तुसी देख सकते हो, वजन 7 ग्राम, वजन 7.71 ग्राम, साइज 27 mm जो इसका साइज। प्राइस की गल की जाए बॉम्बे मिंट 30 रुपए, हैदराबाद मिंट 30 रुपए, तो नोएडा मिंट 30 रुपए जो इसका रियल प्राइस तुसी वीडियो विच देख रहे हो, घर बैठे ही नोट और सिक्कियां दी जानकारी प्राप्त करो। वीडियो पसंद आए तो लाइक करो, सबसक्राइब करो ते शेयर करो जी, धन्यवाद जी। जो लोग इस नोट और सिक्के दी लखां रुपए दी कीमत दस के भोले भाले लोगों ठगदे आ जी, इन्हां फ्रॉडा तो बचो। किसी नूं भी अपना आधार कार्ड OTP बैंकआउट नंबर सेंड ना करो जी, धन्यवाद जी। ओल्ड कॉइन अजय कुमार।